اپنی ਖੇਤੀ ਦੇਖ ਰਹੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜਾ ਬਰਾੜ ਅੱਜ ਤੁਹਾਨੂੰ ਹਲਦੀ ਦੀ ਏ ਟੂ ਜ਼ेड ਜਾਣਕਾਰੀ ਦੇਣ ਲੱਗੇ ਆਂ ਵੀ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰ ਤਾਂ ਉਹਦੇ ਵਿੱਚ ਇਹ ਆ ਜੀ ਹਲਦੀ ਜਿਹੜੀ ਹੈ ਇਹਦੀਆਂ ਦੋ ਵੈਰਾਈਟੀਆਂ ਹੁੰਦੀਆਂ ਨੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੁਆਰਾ ਰეკਮੈਂਡੇਸ਼ਨ ਆ ਪੰਜਾਬ ਹਲਦੀ ਨੰਬਰ 1 ਤੇ ਪੰਜਾਬ ਹਲਦੀ ਨੰਬਰ 2 ਦੋਵੇਂ ਵੈਰਾਈਟੀਆਂ ਜਿਹੜੀਆਂ ਬਹੁਤ ਵਧੀਆ ਨੇ ਯਾਰ ਇਹਨਾਂ ਦਾ ਤਕਰੀਬਨ ਜਿਹੜਾ ਹੈਗਾ 100 ਕੁਆਂਟਲ ਤੋਂ ਉੱਪਰ ਉੱਪਰ ਆਉਂਦਾ ਕੱਚੀ ਹਲਦੀ ਦਾ ਜਿਹੜਾ 100 ਕੁਆਂਟਲ ਤੋਂ ਉੱਪਰ ਉੱਪਰ ਆ ਜਾਂਦਾ ਇਹਦੀ ਲਵਾਈ ਦਾ ਦੱਸਦੇ ਆ ਪਹਿਲਾਂ ਤਾਂ ਵਾਹਣ ਜਿਵੇਂ ਆਪਾਂ ਨਾਰਮਲੀ ਹੋਰ ਫਸਲਾਂ ਵਾਸਤੇ ਤਿਆਰ ਕਰਦੇ ਆ ਚੰਗਾ ਵਾਹ ਕੇ ਵਾਹਣ ਨੂੰ ਤਿਆਰ ਕਰ ਲੈਣਾ ਉਹਦੇ ਵਿੱਚ ਰੂੜੀ ਭਰਪੂਰ ਮਾਤਰਾ ਵਿੱਚ ਪਾ ਲੈਣੀ ਹੈ ਦੇਸੀ ਰੂੜੀ ਤਾਂ ਜਿਵੇਂ ਮੁੜ ਕੇ ਇਹਦੀਆਂ ਵੱਟਾਂ ਬਣਾ ਲੈਣੀਆਂ ਵੱਟਾਂ ਬਣਾ ਕੇ ਤੇ ਜਿਹੜੀ ਹੁਣ ਇਹਦੀ ਬੀਜ ਦੀ ਮਾਤਰਾ ਹੁਣ ਇੱਥੇ ਇਹ ਆ ਜਾਂਦਾ ਵੀ ਦੂਜੀਆਂ ਫਸਲਾਂ ਵਾਂਗੂ ਹਲਦੀ ਦਾ ਬਹੁਤੇ ਕਿਸਾਨਾਂ ਨੂੰ ਇਹ ਜਾਣਕਾਰੀ ਨਹੀਂ ਵੀ ਬੀ ਕਿੰਨਾ ਪੈਂਦਾ ਕਿਉਂਕਿ ਫਸਲ ਨਵੀਂ ਲੱਗਦੀ ਹੈ ਕਿਸਾਨ ਨੂੰ ਇਹਦੇ ਵਿੱਚ ਜਿਹੜਾ ਬੀ ਆ ਇਹ 6 ਤੋਂ 8 ਕੁਇੰਟਲ ਏਕੜ ਦਾ ਬੀ ਪੈਂਦਾ ਆ ਗੰਡੀਆਂ ਹੁੰਦੀਆਂ ਨੇ ਇਹੀ ਗੰਡੀਆਂ ਬੀਜੀਆਂ ਜਾਂਦੀਆਂ ਨੇ ਇਹ ਗੰਡੀਆਂ 6 ਤੋਂ ਲੈ ਕੇ 8 ਕੁਇੰਟਲ weight ਜਿਹੜਾ ਬੀ ਦਾ ਇਕੱਲੇ ਦਾ ਪੈਂਦਾ ਇਹਦਾ ਹੁਣ ਬੀਜ ਜਦੋਂ ਤੁਸੀਂ ਰੱਖਣਾ ਸ਼ੁਰੂ ਆਪਾਂ ਇਹੀ ਕਰਦੇ ਆਂ ਵੀ ਜਿਵੇਂ ਸਟੈਪ ਚੱਲੂ ਓਵੇਂ ਦੱਸੀ ਚੱਲਾਂਗੇ ਜਿਵੇਂ ਹੁਣ ਬੀਜ ਦੀ ਗੱਲ ਆ ਵੀ ਬੀ ਹੁਣ ਮੰਨ ਲਓ ਇਹ ਜਿਹੜੀ ਹਲਦੀ ਹੈ ਜਿਹੜਾ ਹੁਣ ਕਿਸੇ ਨੇ ਵੀ ਬੀ ਕਿਸੇ ਕੋਲੇ ਪਿਆ ਹੋਵੇ ਇਹਦੀ ਬੀ ਦੀ ਸਾਂਭ ਸੰਭਾਲ ਬੜੀ ਜ਼ਰੂਰੀ ਆ ਇੱਕ ਤਾਂ ਜਿਹੜੇ ਬੰਦੇ ਤੋਂ ਤੁਸੀਂ ਬੀ ਲੈ ਰਹੇ ਹੋ ਕਦੇ ਵੀ ਧੋਤਾ ਹੋਇਆ ਬੀ ਨਾ ਲਓ ਹਲਦੀ ਦਾ ਧੋਤਾ ਹੋਇਆ ਤੇ ਬਾਹਰ ਪਿਆ ਬੀ ਕਦੇ ਵੀ ਜ਼ਿਆਦਾ ਜਰਮੀਨੇਸ਼ਨ ਨਹੀਂ ਕਰਦਾ ਉਦੀ ਜਰਮੀਨੇਸ਼ਨ ਘਟ ਜਾਂਦੀ ਆ ਇਹ ਹੁਣ ਇਹ ਹਲਦੀ ਜਿਹੜੀ ਮੰਨ ਲਓ ਤਿਆਰ ਹੋਣੀ ਹੈ ਇਹਨੂੰ ਨੱਪ ਕੇ ਰੱਖਿਆ ਜਾਂਦਾ ਬੀਜ ਵਾਲੀ ਨੂੰ ਇਹਦਾ ਲਵਾਈ ਦਾ ਸਮਾਂ ਇਹ ਹੁੰਦਾ ਲਵਾਈ ਲੱਗਣੀ ਇਹਦਾ ਲਵਾਈ ਦਾ ਸਮਾਂ ਹੈ ਵੀ ਅਪ੍ਰੈਲ ਚ ਲੱਗਣੀ ਹੈ ਇਹ ਅਪ੍ਰੈਲ ਤੋਂ ਲੈ ਕੇ ਮਈ ਦੇ ਅੱਧ ਤੱਕ ਇਹਦਾ ਬਜਾਈ ਦਾ ਸਮਾਂ ਇੱਥੇ ਅਪ੍ਰੈਲ ਚ ਲੱਗੀ ਤੇ ਮਈ ਦੇ ਅੱਧ ਤੱਕ ਲੱਗੀ ਇਹ ਚੰਗਾ ਝਾੜ ਦਿੰਦੀ ਆ ਇਹਦੇ ਵਿੱਚ ਤੁਸੀਂ ਇਹ ਆ ਵੀ ਹੁਣ ਮੰਨ ਲਓ ਇਹਦੀ ਪਟਾਈ ਅ ਜਦੋਂ ਹੁਣ ਬੂਟਾ ਡੈਗ ਬੰਦਾ 8-9 ਮਹੀਨੇ ਬਾਅਦ ਦੀ ਪਟਾਈ ਹੋ ਜਾਂਦੀ ਹੈ ਪਰ ਉਹਦੇ ਵਿੱਚ ਹੁਣ ਕਈ ਬੰਦੇ ਕੀ ਕਰਦੇ ਆ ਮਾਰਚ ਦੇ ਵਿੱਚ ਹੀ ਇਹਨੂੰ ਹਲਦੀ ਨੂੰ ਸਿੱਧੀ ਖੇਤ ਦੇ ਵਿੱਚ ਲਾ ਦਿੰਦੇ ਆ ਉਹਦੇ ਨਾਲ ਆਪਾਂ ਨੂੰ ਥੋੜਾ ਨੁਕਸਾਨ ਇਹ ਹੁੰਦਾ ਵੀ ਆਪਾਂ ਨੂੰ 1 ਮਹੀਨਾ ਪਹਿਲਾਂ ਇਹਦੀ ਸਾਮ ਸੰਭਾਲ ਵੱਧ ਕਰਨੀ ਪੈਂਦੀ ਆ ਇਹਦੇ ਵਿੱਚ ਇੱਕ ਨਦੀਨ ਵਗੈਰਾ 1 ਮਹੀਨਾ ਪਹਿਲੇ ਟੈਨਸ਼ਨ ਲੈਣੀ ਪੈਂਦੀ ਆ ਕੱਢਣ ਵਗੈਰ ਦੀ ਉਹਦੇ 'ਚ ਤੁਸੀਂ ਇਹ ਕਰ ਸਕਦੇ ਆ ਵੀ ਹਲਦੀ ਨੂੰ ਇੱਕ ਇਸ ਛਾਵੇਂ ਟੋਏ ਦੇ ਵਿੱਚ ਸੁੱਕੇ ਥਾਂ ਤੇ ਜਿਹੜਾ ਬੀ ਵਾਸਤੇ ਆ ਉਹਨੂੰ ਨੱਪ ਦਿਓ ਉਹਨੂੰ ਕੱਢ ਕੇ ਅਪ੍ਰੈਲ ਚ ਉਦੋਂ ਲਾਓ ਅੱਧ ਅਪ੍ਰੈਲ ਚ ਟੋਏ ਚੋਂ ਕੱਢ ਕੇ ਬਸ ਖੇਤ ਚ ਲਾ ਦਿਓ ਸਿੱਧੀ ਸਾਰੇ ਖੇਤ ਮਾਰਚ ਦੇ ਵਿੱਚ ਜਾਂ ਲਾਉਣ ਦੀ ਲੋੜ ਨਹੀਂ ਹੁੰਦੀ ਅਪ੍ਰੈਲ ਦਾ ਅੱਧ ਚ ਲਾਓ ਤਾਂ ਇਹਦੇ ਹੁਣੇ ਆ ਵੀ ਤੁਹਾਨੂੰ ਅੱਗੇ ਦੱਸਦੇ ਆ ਵੀ ਬੀਜ ਦੇ ਤਾਂ ਹੋ ਗਈ ਗੱਲ ਵੀ 8 ਤੋਂ 6 ਤੋਂ 8 ਕੁਇੰਟਲ ਜਿਹੜਾ ਬੀ ਪੈਂਦਾ ਕਿੱਲੇ ਦਾ ਹੁਣ ਗੱਲ ਆ ਜਾਂਦੀ ਇੱਥੇ ਵੀ ਇਹਨੂੰ ਮੌਸਮ ਦੇਵਜਾ ਚਾਹੀਦਾ ਮੌਸਮ ਇਹਨੂੰ ਆਪਣੇ ਜਿਹੜਾ ਪੰਜਾਬ ਦਾ ਮੌਸਮ ਉਹ ਬਹੁਤ ਵਧੀਆ ਹਲਦੀ ਦੀ ਕਾਸ਼ਤ ਵਾਸਤੇ ਢੁਕਮਾ ਚੰਗੀ ਇਹਦੇ ਵਿੱਚ ਹੋ ਜਾਂਦੀ ਹੈ ਪੈਦਾਵਾਰ ਇਹਦੀ ਤਾਂ ਇਹਦੀ ਕਿਤਾਬ ਬੂਟੇ ਤੋਂ ਬੂਟੇ ਦਾ ਫਾਸਲਾ ਆਲੂ ਵਾਂਗੂ ਬੱਟਾ ਬਣਾ ਲੈਣੀਆਂ ਤੁਸੀਂ ਭਾਵੇਂ ਤਾਂ ਤੁਸੀਂ ਟਰੈਕਟਰ ਨਾਲ ਬਣਾ ਲਓ ਜੇ ਜ਼ਿਆਦਾ ਲਾਉਣੀ ਆ ਥੋੜੀ ਲਾਉਣੀ ਆ ਤਾਂ ਹੱਥ ਨਾਲ ਵੀ ਬਣਾ ਸਕਦੇ ਆ ਜਿੰਦਰੀ ਵਗੈਰਾ ਨਾਲ ਬੂਟੇ ਤੋਂ ਬੂਟਾ ਲਾਉਣਾ 20 ਸੈਂਟੀਮੀਟਰ ਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈਂਟੀਮੀਟਰ ਇਦੋਂ ਵੱਧ ਵੀ ਹੋ ਸਕਦਾ ਕਤਾਰ ਤੋਂ ਕਤਾਰ ਦਤਾਂ ਕਿਉਂਕਿ ਥੋੜਾ ਜਿਹਾ ਖੁੱਲਾ ਰੱਖੋਗੇ ਫਾਸਲਾ ਦੇ ਵਿੱਚ ਉਹਦੇ ਹਲਦੀ ਫਸਦੀ ਨਹੀਂਗੀ ਪੱਤਿਆਂ 'ਚ ਉਹ ਮੰਨ ਲਓ ਉਲਝਦੀ ਨਹੀਂਗੀ ਉਹਦੇ ਨਾਲ ਜ਼ਿਆਦਾ ਇਹਦੀ ਸੰਭਾਵਨਾ ਹੋ ਜਾਂਦੀ ਵਿੱਚ ਹਵਾ ਕ੍ਰੋਸਿੰਗ ਹੋ ਰਹਿੰਦੀ ਹੈ ਜਦੋਂ ਤੁਸੀਂ ਹਲਦੀ ਲਾਤੀ ਗੰਡੀਆਂ ਨੂੰ ਬੱਟਾਂ ਦੇ ਨੱਪ ਤਾ ਉਸ ਤੋਂ ਬਾਅਦ ਪਰਾਲੀ ਦੀ ਮਲਚਿੰਗ ਕਰ ਦਿਓ ਤੇ ਪਰਾਲੀ ਸਿੱਟ ਦਿਓ ਸਾਰੇ ਖੇਤ ਨੂੰ ਪਰਾਲੀ ਨਾਲ ਢੱਕ ਦਿਓ ਉਹਦੇ ਨਾਲ ਤੁਹਾਨੂੰ ਇਹ ਫਾਇਦਾ ਹੋ ਜੂਗਾ ਇੱਕ ਤਾਂ ਨਦੀਨਾ ਤੋਂ ਨਜਾਤ ਮਿਲ ਜੂਗੀ ਦੂਜੀ ਹਲਦੀ ਜਰਮੀਨੇਸ਼ਨ ਵੱਧ ਕਰੂਗੀ ਛੇਤੀ ਕਰੂਗੀ ਗਿੱਲੀ ਰਿਆ ਕਰੂਗੀ ਉੱਤੋਂ ਪਾਣੀ ਲਾ ਦਿਓ ਲਾ ਕੇ ਹੁਣ ਇੱਥੇ ਆ ਜਾਂਦੀ ਆ ਗੱਲ ਇਹ ਫਸਲ ਦੇ ਝਾੜ ਦੀ ਝਾੜ ਇਹਦੀ ਕਰਦਾ ਦੇਸੀ ਰੂੜੀ ਤੇ ਡਿਪੈਂਡ ਕਰਦਾ ਤੇ ਮੌਸਮ ਤੇ ਡਿਪੈਂਡ ਕਰਦਾ ਪਰ ਇਹ ਜੇ ਜਮਾਂ ਜਮਾਂ ਡਾਊਨ ਹੋ ਵਜੇ ਤਾਂ ਇੱਕ ਬੂਟੇ ਦੇ ਥੱਲੋਂ ਮੈਂ ਤੁਹਾਨੂੰ ਦੱਸ ਦਿੰਨਾ ਵੀ 500 ਗ੍ਰਾਮ ਤੋਂ ਲੈ ਕੇ ਵੱਦ ਤੋਂ ਘੱਟ ਤੋਂ ਘੱਟ 500 ਤੇ ਵੱਦ ਤੋਂ ਵੱਧ 800 ਗ੍ਰਾਮ ਇਹ ਹਲਦੀ ਇੱਕ ਬੂਟੇ ਥੱਲੇ ਨਿਕਲ ਜਾਂਦੀ ਹੈ ਤੁਹਾਨੂੰ ਮੈਂ ਦਿਖਾਉਣਾ ਆ ਗੁਛਾ ਇੱਕ ਬੂਟੇ ਦਾ ਆ ਦੇਖ ਲਓ ਇੱਕ ਗੁਛਾ ਇੱਕ ਬੂਟੇ ਦਾ ਇਹ ਹਲਦੀ ਤਾਂ ਇਹ ਗੁਛਾ ਤਕਰੀਬਨ 800 ਗ੍ਰਾਮ ਦਾ ਹੈਗਾ ਤਾਂ ਵੱਦ ਤੋਂ ਵੱਧ 800 ਘੱਟ ਤੋਂ ਘੱਟ 500 ਗ੍ਰਾਮ ਇਹ ਬੂਟੇ ਥੱਲੇ ਪੈ ਜਾਂਦੀ ਹੈ ਜੇ ਦੂਜੂ ਝਾੜ ਦੇਖੀ ਤਾਂ 100 ਕਵਾਂਟਲ ਪਲੱਸ ਹੋ ਜਾਂਦਾ ਇਹਦਾ ਕਿੱਲੇ ਦੇ ਵਿੱਚੋਂ ਤਾਂ ਇਹਦੇ ਵਿੱਚ ਇਹ ਆ ਵੀ ਨੂੰ ਕੈਮੀਕਲ ਕੋਈ ਵਰਤਣ ਦੀ ਲੋੜ ਨਹੀਂ ਕਿਉਂਕਿ ਹਲਦੀ ਆਪ ਹੀ ਇੱਕ ਦਵਾਈ ਆ ਇਹਨੂੰ ਕਿਸੇ ਕੈਮੀਕਲ ਦੀ ਲੋੜ ਨਹੀਂ ਉੱਤੇ ਛੜਕਣ ਦੀ ਕੋਈ ਕੀੜਾ ਨਹੀਂ ਲੱਗਦਾ ਇਹਨੂੰ ਇੱਕ ਨਾਰਮਲ ਦਾ ਇੱਕ ਕੀੜਾ ਆਊਗਾ ਉਹ ਸਿਰਫ ਪੱਤਿਆਂ 'ਚ ਮੋਰੀਆਂ ਕਰਦਾ ਹੁੰਦਾ ਉਹ ਉਹਦੇ ਨਾਲ ਹਲਦੀ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਕੋਈ ਇਹਦਾ ਨੁਕਸਾਨ ਨਹੀਂ ਕਰਦਾ ਹੋਰ ਇਹਨੂੰ ਕੋਈ ਕੀੜਾ ਨਹੀਂ ਚੁੰਬੜਦਾ ਜਿਹੜੀ 8 ਤੋਂ 9 ਮਹੀਨੇ ਦੀ ਫਸਲ ਆ ਇਹ 8 ਤੋਂ 9 ਮਹੀਨੇ ਅਪ੍ਰੈਲ ਅੱਧ ਚ ਲਾ ਕੇ 8 ਤੋਂ 9 ਮਹੀਨੇ ਬਾਅਦ ਇਹ ਪੱਟੀ ਜਾ ਸਕਦੀ ਹੈ ਹੁਣ ਆ ਜਾਂਦਾ ਵੀ ਕਈ ਕਿਸਾਨ ਕਹਿ ਦਿੰਦੇ ਆ ਜੀ ਹਲਦੀ ਤਾਂ ਸਿਰਫ ਛਾਵੇਂ ਹੀ ਹੁੰਦੀ ਆ ਇਹ ਨਹੀਂ ਕਾਰਨ ਹਲਦੀ ਧੁੱਪੇ ਵੀ ਓਨੀ ਹੁੰਦੀ ਆ ਛਾਵੇਂ ਵੀ ਹੋ ਜਾਂਦੀ ਆ ਕਾਰਨ ਇਹ ਆ ਜਿਹੜੀ ਛਾਵੇਂ ਹੁੰਦੀ ਆ ਨਾ ਹੋਰ ਫਸਲ ਛਾਵੇਂ دب ਜਾਂਦੀ ਆ ਪਰ ਹਲਦੀ ਛਾਵੇਂ ਜ਼ਿਆਦਾ ਹੁੰਦੀ ਆ ਇਹ ਮੰਨਦੇ ਆ ਵੀ ਹਲਦੀ ਛਾਵੇਂ ਵੀ ਵਾਧੂ ਨਿਕਲੇ ਆਉਂਦੀ ਆ ਬਰਾਬਰ ਧੁੱਪੇ ਵਾਲੇ ਖੇਤ ਦੇ ਬਰਾਬਰ ਨਿਕਲੇ ਆਉਂਦੀ ਆ ਵੱਧ ਭਾਵੇਂ ਨਿਕਲਿਆ ਵੀ ਤਾਂ ਹੁਣ ਇਹ ਦੱਸਦੇ ਆ ਵੀ ਇਹ ਜਿਹੜੀ ਮੰਨ ਲਓ ਆਪਣਾ ਲਾਉਣਾ ਹਲਦੀ ਕਈ ਕਿਸਾਨਾਂ ਦਾ ਇਹ ਹੁੰਦਾ ਵੀ ਘਟੋ ਘਟਾਵ ਦੇ ਘਰ ਜੋ ਕੀ ਹਲਦੀ ਆਪਾਂ ਨੂੰ ਲਾਉਣੀ ਚਾਹੀਦੀ ਆ ਉਹਦੇ ਨਾਲ ਤੁਸੀਂ ਆਪਦੇ ਰਸੋਈ ਦੇ ਵਿੱਚ ਇੱਕ ਸ਼ੁੱਧ ਚੀਜ਼ ਪੈਦਾ ਕਰ ਸਕਦੇ ਆ ਹਲਦੀ ਦੇ ਰੂਪ ਦੇ ਵਿੱਚ ਜਿਹੜੀ ਆਪਣੇ ਵਧੀਆ ਹੋ ਜਾਂਦੀ ਆ ਮੰਨ ਲਓ ਆਪਣੇ ਖੇਤ ਕਿਸੇ ਦਰਖਤ ਹਲੇ ਥਾਂ ਪਈ ਆ ਉੱਥੇ ਤੁਸੀਂ ਹਲਦੀ ਲਾ ਦਿਓ ਤੁਸੀਂ ਮਰਲਾ 2 ਮਰਲੇ ਲਾਉਂਗੇ ਤਾਂ ਤੁਹਾਡੇ ਘਰ ਦੀ ਖਾਪਤ ਤੇ ਤੁਹਾਨੂੰ ਅਗਲੇ ਸਾਲ ਵਾਸਤੇ ਬੀਜ ਵਧੀਆ ਮਿਲ ਜਾਂਦਾ ਪ੍ਰੋਪਰ ਕੋਈ ਉਹਦੇ ਚੱਕਰ ਵਾਲੀ ਗੱਲ ਨਹੀਂ ਵਧੀਆ ਹੋ ਜਾਂਦੀ ਐ ਸ਼ਾਮੇ ਲਾਓਗੇ ਤਾਂ ਵੱਧ ਬੈਨੀਫਿਟ ਮਿਲੂਗਾ ਇਹਦਾ ਨੰਬਰ 2 ਤੇ ਆ ਜਾਂਦੀ ਆ ਵੀ ਹਲਦੀ ਦਾ ਪਾਊਡਰ ਕਿਵੇਂ ਮੰਨ ਲਓ ਤਿਆਰ ਹੁੰਦਾ ਕਈ ਬੰਦੇ ਨੂੰ ਇਹ ਨਹੀਂ ਪਤਾ ਵੀ ਪਾਊਡਰ ਕਿਵੇਂ ਤਿਆਰ ਹੁੰਦਾ ਇਹ ਜਿਹੜੀ ਹਲਦੀ ਇਸ ਇਹ ਗੰਡੀਆਂ ਇਹ ਸਿੱਧੀਆਂ ਕਦੇ ਵੀ ਨਹੀਂ ਸੁੱਕ ਸਕਦੀਆਂ ਜੇ ਸਕਾਓਗੇ ਤਾਂ ਵਕਫਾ ਬਹੁਤ ਲੈ ਜਾਂਦੀਆਂ ਹੁੰਦੀਆਂ ਸੁੱਕਦੀਆਂ ਨਹੀਂ ਨਾ ਪਾਊਡਰ ਜਾਂ ਤਿਆਰ ਬੰਦਾ ਇਹਨੂੰ ਪਹਿਲਾਂ ਉਬਾਲਣਾ ਪੈਂਦਾ ਉਬਾਲ ਕੇ ਹਲਦੀ ਨੂੰ ਜੇ ਤਾਂ ਤੁਸੀਂ ਥੋੜਾ ਥਾਂ ਦੀ ਆ ਮੰਨ ਲਓ ਆਪਦੇ ਘਰ ਜੋਗਰੀ ਤਾਂ ਗ੍ਰੈਂਡ ਕਰਾਉਣ ਦੀ ਕੋਈ ਲੋੜ ਨਹੀਂ। ਅਵਾਲਣ ਤੋਂ ਬਾਅਦ ਇਹਨੂੰ ਸੁਕਾਉਣਾ ਪੈਂਦਾ ਛਾਵੇਂ। ਸੁੱਕ ਜਾਂਦੀ ਆ ਬਸ ਇੱਕ ਦੋ ਮਹੀਨਿਆਂ ਦੇ ਵਿੱਚ ਸੁੱਕ ਜਾਂਦੀ ਆ। ਜਦੋਂ ਅਵਾਲਤ ਹੀ ਇੱਕ ਦੋ ਮਹੀਨੇ ਬਾਅਦ ਸੁੱਕੀ ਜੇ ਤਾਂ ਤੁਸੀਂ ਜ਼ਿਆਦਾ ਥਾਂ 1 ਏਕੜ ਦੀ ਆ ਤਾਂ ਫਿਰ ਤਾਂ ਤੁਸੀਂ ਗ੍ਰੈਂਡ ਕਰਾ ਸਕਦੇ ਆ। ਜੇ ਥੋੜੇ ਰੱਖ ਬੀਜੇ ਤਾਂ ਤੁਸੀਂ ਕੋਈ ਗ੍ਰੈਂਡ ਕਰਾਉਣ ਦੀ ਲੋੜ ਨਹੀਂ ਹੁੰਦੀ। ਗ੍ਰੈਂਡ ਦਾ ਅਰਥ ਇਹ ਹੁੰਦਾ ਵੀ ਜਿਹੜੀ ਹਲਦੀ ਦੇ ਉੱਤੇ ਆਹ ਹੁੰਦੀ ਆ ਆ ਜਿਹੜੀ ਆ ਇਹ ਚੀਜ਼ ਉਹ ਲਾ ਦਿੰਦੇ ਆ ਥੋੜੀ ਜੀ। ਪਰ ਇਹ ਜੇ ਤੁਸੀਂ ਨਾਂ ਵੀ ਲਾਓਗੇ ਤਾਂ ਇਹਨੂੰ ਕੋਈ ਮਲਾਵਟ ਹੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਹਲਦੀ ਦਾ ਹਿੱਸਾ ਹੀ ਆ ਤਾਂ ਤੁਸੀਂ ਆਪਦੀ ਉਸੇ ਤਰ੍ਹਾਂ ਹੀ ਬਸ ਚੱਕੀ ਤੇ ਜਾ ਕੇ ਜਦੋਂ ਸੁੱਕ ਜਾਂਦੀ ਆ ਉਹਨੂੰ ਭਿਆ ਲੈਣਾ ਭਿਆ ਕੇ ਤੁਸੀਂ ਆਪਦੀ ਰਸੋਈ ਦੇ ਵਿੱਚ ਉਹਨੂੰ ਛਾਣ ਕੇ ਤੇ ਵਰਤ ਸਕਦੇ ਆ ਇਹ ਜਿਹੜੀ ਹਲਦੀ ਆ ਹੁਣ ਇੱਥੇ ਗੱਲ ਆ ਜਾਂਦੀ ਆ ਵੀ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਮ ਹੀ ਪਾਰਕ ਵਗੈਰਾ ਬਣੇ ਹੁੰਦੇ ਆ ਚਲੋ ਸ਼ਹਿਰੀ ਬੰਦੇ ਕੋਲੇ ਜ਼ਮੀਨ ਵਗੈਰਾ ਕਈਆਂ ਕੋਲੇ ਨਹੀਂ ਵੀ ਹੁੰਦੀ ਤਾਂ ਉਹਨਾਂ ਦਾ ਵੀ ਦਿਲ ਕਰਦਾ ਵੀ ਕੋਈ ਫਸਲ ਲਾਈਏ ਜਿਹੜੀ ਘਟੋ ਘਟ ਮਾੜੀ ਮੋਟੀ ਤਾਂ ਆਪਾਂ ਨੂੰ ਆਪਦੀ ਰਸੋਈ ਚ ਪੈਦਾ ਆਪਦੀ ਮਦਦ ਦੇ ਦੇ ਤਾਂ ਉਹ ਇਹ ਕਰ ਸਕਦੇ ਆ ਵੀ ਜਿਹੜਾ ਉਹਨਾਂ ਦਾ ਪਾਰਕ ਬਣਿਆ ਹੁੰਦਾ ਉਹਦੇ ਸਾਈਡ ਤੇ ਇੱਕ ਪੱਟੀ ਦੇ ਵਿੱਚ ਹਲਦੀ ਦੇ ਹਲਦੀ ਦੀਆਂ ਗੰਡੀਆਂ ਲਾ ਦਿੱਤੀਆਂ ਜਾਂਨ ਸਾਈਡ ਸਾਈਡ ਤੇ ਉਹ ਇੱਕ ਬਾਉਂਡਰੀ ਜਿਹੜੀ ਹੁੰਦੀ ਉਹ ਹਲਦੀ ਨਾਲ ਕਵਰ ਕਰ ਲਿਆ ਕਰਨ ਜਿਹੜੀ ਕਿ ਉਹ ਹੁਣ ਇੱਕ ਮਹਿੰਗੀ ਵੇਲ ਨਾਲ ਕਵਰ ਕਰਦੇ ਆ ਉਹ ਜਿਹੜੀ ਵੇਲ ਆ ਉਹ ਜ਼ਿਆਦਾ ਬੈਨੀਫਿਟ ਨਹੀਂ ਦੇ ਰਹੀ ਮੈਨੂੰ ਨਹੀਂ ਲੱਗਦਾ ਤੇ ਇਹਦੇ ਨਾਲ ਇਹ ਹੋਊਗਾ ਤੁਹਾਡੀ ਰਸੋਈ ਦੇ ਵਿੱਚ ਉਹ ਸਾਈਡ ਤੇ ਹਲਦੀ ਲਾਉਣ ਨਾਲ ਬੈਨੀਫਿਟ ਰਸੋਈ ਜੀ ਤਾਂ ਮਿਲੂ ਮਿਲੂ ਤੁਹਾਡੀ ਸਿਹਤ ਨੂੰ ਉਹ ਤਾਂ ਮਿਲੂ ਮਿਲੂ ਪਰ ਜਦੋਂ ਤੁਸੀਂ ਪਾਰਕ ਦੇ ਵਿੱਚ ਸਵੇਰ ਕਿਤੇ ਬੈਠੋਗੇ ਜਾਂ ਤੁਸੀਂ ਆਪਦੇ ਮਹਿਮਾਨਾਂ ਨਾਲ ਬੈਠੋਗੇ ਉਹ ਚੋਂ ਇੱਕ ਹਲਦੀ ਦੀ ਪੋਜ਼ਿਟਿਵ એનર્ਜੀ ਜਿਹੜੀ ਤੁਹਾਡੇ ਨੱਕ ਨੂੰ ਇੱਕ ਜਿਹੜੀ ਵਧੀਆ ਖੁਸ਼ਬੂ ਮਿਲੂਗੀ ਉਹ ਤੁਹਾਨੂੰ ਪੋਜ਼ਿਟਿਵ ਕਰੂਗੀ ਸਵੇਰ ਸਵੇਰ ਦੱਸੋ ਕਿ ਵੀ ਤੁਹਾਡੇ ਹਲਦੀ ਲੱਗੀ ਹੈ ਕੋਈ ਪlant medicine ਲੱਗਿਆ ਸੌ ਰੋਗ ਜਿਹੜੀ ਤੁਹਾਡੇ ਨੱਕ ਦੇ ਵਿੱਚ ਦੀ ਜਿਹੜੀ ਵਧੀਆ ਸੁਗੰਧ ਜਾਣ ਨਾਲ ਹੀ ਖਤਮ ਹੋ ਜਾਣੇ ਆ ਤਾਂ ਉਹ ਬੰਦੇ ਉਹ ਵੀ ਲਾ ਸਕਦੇ ਆ ਬਾਕੀ ਨੰਬਰ 2 ਤੇ ਆ ਗਿਆ ਚਲੋ ਜਿਨ੍ਹਾਂ ਦੇ ਪਾਰਕ ਵੀ ਹੈ ਨਹੀਂ ਕਈ ਹੁੰਦਾ ਵੀ ਪਾਰਕਾਂ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੋ ਆਪਣੇ ਕੋਠੇ ਦੇ ਉੱਤੇ ਆਪਣੀ ਛੱਤ ਤੇ 10 ਗਮਲੇ ਜੇ ਕੋਈ ਬੰਦਾ ਰੱਖ ਲੂਗਾ 10 ਗਮਲਿਆਂ ਦੇ ਵਿੱਚ ਸਿਰਫ 10 ਗੰਡੀਆਂ 10 20 ਗੰਡੀਆਂ ਹਲਦੀ ਦੀ ਲਗਣੀ ਹੈ ਚਲੋ ਮੰਨ ਲਓ ਕਿਲੋ ਲਗਣੀ ਆ ਕਿਲੋ 10 ਗੰਡੀਆਂ ਦੇ ਵਿੱਚ ਤੁਸੀਂ ਉਹ ਲਾਤੀ ਉਹਦੇ ਵਿੱਚੋਂ 5 ਕਿਲੋ ਕੱਚੀ ਹਲਦੀ ਤੁਹਾਨੂੰ ਤਿਆਰ ਹੋ ਜਾਣੀ ਜੇ ਉਹ 500 ਗ੍ਰਾਮ ਰਹਿ ਗਈ ਤਾਂ 10 ਗੰਡੀਆਂ ਦੇ ਵਿੱਚੋਂ ਤਾਂ ਉਹ ਬੰਦਾ ਇਹ ਕਰ ਸਕਦਾ ਵੀ ਉਹਨੂੰ ਜਿਹੜਾ 500 ਗ੍ਰਾਮ 5 ਕਿਲੋ ਨੂੰ ਵਿੱਚੋਂ 1 ਕਿਲੋ ਪਾウダー ਬਣ ਜਾ ਉਹ 5 ਕਿਲੋ ਦੇ ਵਿੱਚੋਂ ਤਾਂ ਉਹ ਆਪਦੀ ਗੰਡੀਆਂ ਦੇ ਵਿੱਚੋਂ ਵੀ ਹਲਦੀ ਲੈ ਸਕਦਾ ਤਾਂ ਹਲਦੀ ਦੀ ਇਹੀ ਜਾਣਕਾਰੀ ਹੈ ਜੀ ਬਸ ਇਹਨੂੰ ਲਾਉਣਾ ਅੱਧ ਜੂਨ ਤੋਂ ਸ਼ੁਰੂ ਕਰਨਾ ਤੇ ਇਹ ਕੰਮ ਆਹ ਸੌਰੀ ਅੱਧ ਅਪ੍ਰੈਲ ਤੋਂ ਸ਼ੁਰੂ ਕਰਨਾ ਤੇ ਮਈ ਤਕਰ ਮਈ ਤਕਰ ਨਪਟਾ ਲੈਣਾ ਮਈ ਦੇ ਮਹੀਨੇ ਵਿੱਚ ਵਿੱਚ ਅੱਧ ਮਈ ਤਕਰ ਬਸ ਨਪਟਾ ਲੈਣਾ ਜੂਨ ਨਹੀਂ ਚੜਨ ਦੇਣਾ ਕਿਉਂਕਿ ਜੂਨ ਮਹੀਨੇ ਵਿੱਚ ਲੱਗੀ ਹੈ ਪ੍ਰੋਡਕਸ਼ਨ ਬਹੁਤ ਘਟ ਦਿੰਦੀ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਅਪ੍ਰੈਲ ਦੇ ਵਿੱਚ ਲਾਓ ਤਾਂ ਇਹਦੀ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋ ਤੁਹਾਨੂੰ ਉੱਤੇ ਨੰਬਰ ਦੇ ਦੇਾਂਗੇ ਡਿਸਪਲੇ ਦੇ ਉਹ ਵੀ ਤੁਸੀਂ ਫੋਨ ਤੇ ਕਾਲ ਕਰ ਲਿਓ ਜੋ ਤਾਂ ਉਹ ਵੀ ਪੁੱਛ ਸਕਦੇ ਆ ਜੇ ਕੋਈ ਕਈ ਚੀਜ਼ਾਂ ਰਹਿ ਗਈਆਂ ਹੋਣ ਤਾਂ ਵਿੱਚੋਂ ਤਾਂ ਬਾਕੀ ਇਹਦੇ ਤੇ ਕੋਈ ਕੈਮੀਕਲ ਵਰਤਨ ਦੀ ਲੋੜ ਨਹੀਂ ਤਾਂ ਇਹ ਵਧੀਆ ਜਿਹੜੀ ਚੀਜ਼ ਆ ਮੈਡੀਸਨ ਪਲਾਂਟ ਆ ਤੇ ਹੁਣ ਤੁਹਾਨੂੰ ਇਹਦਾ ਇਹ ਦਿਖਾਉਣਾ ਆ ਦੇਖੋ ਅਸੀਂ ਇਹ ਗੰਢੀ ਮਲੀ ਸੀਗੀ ਇਹ ਗੰਢੀ ਨੂੰ ਆ ਦੇਖੋ ਇਹ ਮਲ ਦੇ ਤਰੰਗ ਦੇਖੋ ਕਿੰਨਾ ਜੜਾ ਮੈਂ ਤੁਹਾਨੂੰ ਹੁਣ ਇੱਕ ਹੋਰ ਪੇਜ ਤੇ ਮਲ ਕੇ ਦਿਖਾਉਣਾ ਤਾਂ ਦੇਖੋ ਸ਼ੁੱਧ ਚੀਜ਼ ਦਾ ਆਪਣੇ ਘਰ ਦੀ ਜੀਜ ਦਾ ਫਾਇਦਾ ਹੀ ਇਹ ਹੁੰਦਾ ਦੇਖੋ ਇਹ ਕੱਚੀ ਦਾ ਰੰਗ ਹੀ ਇੰਨਾ ਜਾ ਰਿਹਾ ਜਦੋਂ ਇਹਨੂੰ ਉਬਾਲ ਕੇ ਨੂੰ ਸੁਕਾਇਆ ਤਾਂ ਇਹਨੇ ਵਧੀਆ ਕੰਮ ਕਰਨਾ ਠੀਕ ਆ ਦੋਸਤੋ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੋ ਧੰਨਵਾਦ ਮਿਹਰਬਾਨੀ